ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ 816 816 ਪੰਨੇ ਤੇ ਦੇਖਿਏ ਗੁਰੂ ਸਾਹਿਬ ਕੀ ਕਹਿ ਰਹੇ ਹਨ ਬਿਲਾਵਲ ਮਹੱਲਾ ਪੰਜਵਾਂ ਕੁਝ ਦਿਨਾਂ ਤੋਂ ਅਸੀਂ ਪੰਜਵੀਂ ਪਾਤਸ਼ਾਹੀ ਦੇ ਬਿਲਾਵਲ ਰਾਗ ਦੇ ਵਿੱਚ ਹੀ ਸ਼ਬਦੋ ਚਾਰੇ ਹੋਏ ਪੜ ਰਹੇ ਹਾਂ ਜੀ 60 ਨੰਬਰ ਸ਼ਬਦ ਅਸੀਂ ਲਾਸਟ ਟਾਈਮ ਪੜ ਲਿਆ ਸੀ ਹੁਣ 61 68 ਨੰਬਰ ਸ਼ਬਦ ਪੜਨ ਜਾ ਰਿਹਾ ਹਾਂ ਜੀ ਰਹਾਉ ਤੁਕ ਕਬ ਦੇਖੋ ਪ੍ਰਭ ਆਪਣਾ ਆਤਮ ਕੇ ਰੰਗ ਜਾਗਨ ਤੇ ਸੁਪਨਾ ਪਲਾ ਬਸੀਏ ਪ੍ਰਭ ਸੰਗ ਰਹਾਉ ਗੁਰੂ ਸਾਹਿਬ ਕਹਿ ਰਹੇ ਹਨ ਕਿ ਕਦੋਂ ਮੈਂ ਆਪਣੇ ਪ੍ਰਭੂ ਨੂੰ ਮਿਲ ਪਾਵਾਂਗਾ ਦੇਖ ਪਾਵਾਂਗਾ ਕਿਉਂਕਿ ਉਹੀ ਮੇਰੀ ਜੀਵਨ ਦਾ ਆਤਮਕ ਜੀਵਨ ਦਾ ਰੰਗ ਹੈ ਆਤਮਕ ਜੀਵਨ ਦੀ ਖੁਸ਼ੀ ਹੈ ਜਾਗਨ ਤੇ ਸਪਨਾ ਭਲਾ ਬਸੀਏ ਪ੍ਰਭ ਸੰਗ ਜੇ ਉਹ ਸੁੱਤੇ ਹੋਏ ਮਿਲਦਾ ਹੈ ਤਾਂ ਮੇਰਾ ਸੌਂ ਜਾਣਾ ਔਰ ਸੁਪਨੇ ਦੇ ਵਿੱਚ ਉਸ ਨੂੰ ਮਿਲ ਲੈਣਾ ਉਹੀ ਚੰਗਾ ਹੈ ਜਾਗ ਕੇ ਮੈਂ ਕੀ ਕਰਨਾ ਸੋ ਗੁਰੂ ਸਾਹਿਬ ਇੰਪੋਰਟੈਂਸ ਦੱਸ ਰਹੇ ਹਨ ਕਿ ਜੇ ਸੁੱਤਿਆ ਹੋਇਆ ਮਿਲਦਾ ਹੋਇਆ ਤੇ ਮੈਂ ਸੁੱਤਾ ਹੀ ਨਾ ਤਾ ਹੀ ਉਹ ਜ਼ਿਆਦਾ ਚੰਗਾ ਹੈ ਕਿਉਂਕਿ ਮੇਰੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਤੇ ਮੈਂ ਪ੍ਰਭੂ ਪਰਮੇਸ਼ਵਰ ਨੂੰ ਮਿਲਣਾ ਹੈ ਖੋਜਤ ਖੋਜਤ ਮੈਂ ਫਿਰਾਂ ਖੋਜੋ ਬਨ ਥਾਨ ਅਛਲ ਅਪੇਦ ਅਛਲ ਅਛੇਦ ਅਪੇਦ ਪ੍ਰਭੂ ਐਸੇ ਭਗਵਾਨ ਮੈਂ ਪ੍ਰਭੂ ਪਰਮੇਸ਼ਵਰ ਨੂੰ ਲੱਭਣ ਲਈ ਕਈ ਥਾਵਾਂ ਤੇ ਫਿਰਦਾ ਰਿਹਾ ਹਾਂ ਕਈ ਜੰਗਲਾਂ ਵਿੱਚ ਘੁੰਮਿਆ ਹਾਂ ਕਈ ਥਾਵਾਂ 'ਤੇ ਘੁੰਮਿਆ ਹਾਂ ਉਹ ਪਰਮਾਤਮਾ ਜਿਹਨੂੰ ਕਿ ਮਾਇਆ ਕਦੀ ਵੀ ਮੋਹ ਨਹੀਂ ਸਕਦੀ ਹੈ ਜਿਹੜਾ ਕਿ ਨਾਸਰਹਿਤ ਹੈ ਔਰ ਜਿਹਨੂੰ ਜਿਸ ਦਾ ਕਦੀ ਵੀ ਅਸੀਂ ਭੇਦ ਨਹੀਂ ਪਾ ਸਕਦੇ ਹਾਂ ਉਹ ਪ੍ਰਭੂ ਐਸਾ ਹੈ ਉਸ ਨੂੰ ਮੈਂ ਲਬਜ਼ਾਂ ਰਣਨਾ ਨੈਕਸਟ ਹੈ ਜੀ ਵਰਣ ਆਸ਼ਰਮ ਸ਼ਾਸਤਰ ਸੁਨੋ ਦਰਸ਼ਨ ਦੀ ਪਿਆਸ ਰੂਪ ਨਰੇਖ ਨ ਪੰਚ ਤਤ ਠਾਕੁਰ ਅਬਿਨਾਸ਼ ਮੇਰੀ ਜਿਹੜੀ ਦਰਸ਼ਨਾ ਦੀ ਪਿਆਸ ਹੈ ਉਸ ਦੇ ਵਿੱਚ ਮੈਂ ਚਾਰੋਂ ਵਰਣਾ ਦੇ ਵਿੱਚ ਵੀ ਬ੍ਰਾਹਮਣ ਖਸ਼ਤਰੀ ਵੈਸ਼ੂਦਰ ਇਹ ਜਿਹੜੇ ਚਾਰ ਵਰਣ ਹੈ ਉਹਨਾਂ ਦੇ ਵਿੱਚ ਵੀ ਮੈਂ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਔਰ ਜਿਹੜੇ ਆਸ਼ਰਮ Hindu ਧਰਮ ਦੇ ਵਿੱਚ ਆਸ਼ਰਮ ਦੱਸੇ ਹੋਏ ਹਨ। ਚਾਰ ਆਸ਼ਰਮਾਂ ਵਿੱਚ ਵੰਡਿਆ ਹੋਇਆ ਹੈ। ਬ੍ਰਹਮਚਾਰ ਵਿਆਹ ਤੋਂ ਪਹਿਲੇ ਦਾ ਟਾਈਮ, ਗ੍ਰਹਸਤ ਉਸ ਤੋਂ ਬਾਅਦ ਬਾਲ ਬੱਚਿਆਂ ਦੇ ਨਾਲ ਰਹਿਣ ਦਾ ਟਾਈਮ। ਵਨ ਪ੍ਰਮਥ ਉਸ ਤੋਂ ਬਾਅਦ ਜੰਗਲਾਂ ਵਿੱਚ ਜਾ ਕੇ ਵੈਗੁਰੂ ਨੂੰ ਲੱਭਣ ਦੀ ਇੱਛਾ ਸੰਨਿਆਸ ਫਿਰ ਉਸ ਤੋਂ ਬਾਅਦ ਟੋਟਲ ਸੰਨਿਆਸ ਲੈ ਲੈਣਾ ਦੁਨੀਆਂ ਨੂੰ ਛੱਡ ਦੇਣਾ ਅਲੱਗ ਥਲੱਗ ਹੀ ਰਹਿ ਜਾਣਾ ਇਹ ਚਾਰੋਂ ਰਸਤੇ ਵੀ ਮੈਂ ਅਪਣਾ ਲਏ ਹਾਂ ਔਰ ਮੈਂ ਸ਼ਾਸਤਰ ਵੀ ਬੜੇ ਸੁਣਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਮੇਰੇ ਦਰਸ਼ਨ ਦੀ ਪਿਆਸ ਹੈ ਮੈਂ ਉਹਨਾਂ ਨੂੰ ਹਰ ਥਾਂ ਤੇ ਵੈਗੁਰੂ ਨੂੰ ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਨਾ ਹੀ ਉਹਦਾ ਕੋਈ ਰੂਪ ਹੈ ਨਾ ਕੋਈ ਉਹਦਾ ਚਿੰਨ ਹੈ ਔਰ ਨਾ ਹੀ ਉਹ ਜੀਵਾਤਮਾ ਜੀਵਾਂ ਦੇ ਤਰ੍ਹਾਂ ਪੰਜਾਂ ਤਤਾਂ ਦਾ ਬਣਿਆ ਹੋਇਆ ਹੈ ਔਰ ਉਹ ਠਾਕੁਰ ਤੇ ਕਦੀ ਵੀ ਨਾ ਨਾਸ਼ ਹੋਣ ਵਾਲਾ ਹੈ ਮੈਂ ਉਸ ਨੂੰ ਹਰ ਟਾਈਮ ਉਸੇ ਲੱਭਣ ਦੀ ਕੋਸ਼ਿਸ਼ ਵਿੱਚ ਹਾਂ ਉਹ ਸਰੂਪ ਸੰਤਨ ਕਹੈ ਵਿਰਲੇ ਜੋਗੀ ਸਰ ਕਰ ਕਿਰਪਾ ਜਾਕੋ ਮਿਲੇ ਤਨ ਤਨ ਤੇ ਈਸਰ ਉਹ ਸਿਰਫ ਤੇ ਸਿਰਫ ਜਦੋਂ ਆਪ ਹੀ ਕਿਰਪਾ ਕਰਦਾ ਹੈ ਤਾਂ ਹੀ ਉਹ ਮਿਲਦਾ ਹੈ ਬੜੇ ਕਿਸੇ ਉੱਚੇ ਉੱਚੇ ਲੋਗਾਂ ਨੂੰ ਮਿਲਦਾ ਹੈ ਉਹ ਤਨ ਹਨ ਉਹ ਵਿਦਿਆ ਯੋਗ ਹਨ ਜਿਨ੍ਹਾਂ ਨੂੰ ਮਿਲਦਾ ਹੈ ਉਹ ਗੁਰੂ ਵੀ ਕਹਿੰਦਾ ਹੈ ਕਿ ਉਹ ਬਹੁਤ ਵਿਰਲੇ ਜੋ ਉਸ ਦੀ ਹਰ ਟਾਈਮ ਉੱਤੇ ਸਿਮਰਨ ਵਿੱਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਹੀ ਮਿਲਦਾ ਹੈ ਸੋ ਅੰਦਰ ਸੋ ਬਾਹਰੇ ਬਿਨ ਸੇ ਤਗ ਪਰਮ ਨਾਨਕ ਤਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ ਉਹ ਪ੍ਰਮਾਤਮਾ ਜੋ ਹੈ ਸਾਡੇ ਅੰਦਰ ਵੀ ਵਸ ਰਿਹਾ ਹੈ ਔਰ ਬਾਹਰ ਵੀ ਹਰ ਥਾਂ ਤੇ ਵਸ ਰਿਹਾ ਹੈ ਇਹ ਮੈਂ ਗੁਰੂ ਨੂੰ ਮਿਲ ਕੇ ਮੇਰੇ ਪਰਮ ਹੁਣ ਮਿਟ ਗਏ ਹਨ ਔਰ ਮਨੂੰ ਸਮਝ ਆ ਗਈ ਹੈ ਨਾਨਕ ਤਿਸ ਪ੍ਰਭ ਭੇਟਿਆ ਤੱਕ ਜਾ ਕੇ ਪੂਰਨ ਕਰਮਾ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ ਉਹੀ ਪ੍ਰਮਾਤਮਾ ਨੂੰ ਮਿਲ ਸਕਦਾ ਹੈ ਜਿਹਦੇ ਚੰਗੇ ਕਰਮ ਜਿਨੇ ਕੀਤੇ ਹੋਣ ਗੇ ਨਖਸ਼ਬਜ਼ ਜੀ ਬਿਲਾਵਲ ਮਹਿਲਾ ਪੰਜਵਾ ਵਿੱਚੀ ਖਾਤ ਖਰਚਤ ਨਿਭਤ ਰਹਿ ਗੁਰਸਬਦ ਖੂਟ ਪੂਰਨ ਪਈ ਸਮਗਰੀ ਕਭੂ ਨਹੀਂ ਟੂਟ ਇਹ ਜਿਹੜੀ ਨਾਮ ਦੀ ਸਮਗਰੀ ਹੈ ਪ੍ਰਭੂ ਦਾ ਨਾਮ ਜਪ ਕੇ ਸਿਮਰਨ ਕਰਕੇ ਜੋ ਤੁਸੀਂ ਸਮਗਰੀ ਇਕੱਠੀ ਕਰਦੇ ਹੋ ਉਹ ਤੁਹਾਡੀ ਜ਼ਿੰਦਗੀ ਵਾਸਤੇ ਇੱਥੇ ਵੀ ਔਰ ਅੱਗੇ ਵੀ ਕਦੀ ਘਟਦੀ ਨਹੀਂ ਹੈ ਤੁਸੀਂ ਭਾਵੇਂ ਉਹਨੂੰ ਆਪ ਖਰਚਦੇ ਰਹੋ ਭਾਵੇਂ ਲੋਕਾਂ ਨੂੰ ਵੰਡਦੇ ਰਹੋ ਉਹ ਸਾਰੀ ਜ਼ਿੰਦਗੀ ਤੁਹਾਡੇ ਨਾਲ ਚੱਲਦੀ ਰਹਿੰਦੀ ਹੈ ਔਰ ਉਹ ਕਦੀ ਵੀ ਗੁਰੂ ਦੇ ਸ਼ਬਦ ਦੇ ਦੱਸੇ ਦੇ ਹਿਸਾਬ ਦੇ ਨਾਲ ਉਹ ਮੁੱਕਦੀ ਨਹੀਂ ਹੈ ਜੇ ਜੰਤ ਸੁਪ੍ਰੰ ਸੁਪ੍ਰਸੰਨ ਪਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਸਤਿਗੁਰੂ ਨੇ ਖੁਦ ਤਰੀਕਾ ਦੱਸ ਕੇ ਗੰਮ ਕਰਕੇ ਮੇਰਾ ਜਿਹੜਾ ਪਾਪ ਸੀਗਾ ਉਹਨਾਂ ਦਾ ਕਰਜ਼ਾ ਸੀਗਾ ਉਹ ਤਰਵਾ ਦਿੱਤਾ ਹੈ ਔਰ ਪ੍ਰਭੂ ਪਰਮੇਸ਼ਵਰ ਦੇ ਦਰਸ਼ਨ ਕਰਕੇ ਮੈਂ ਜੀਵ ਜੰਤ ਜਿਹੜੇ ਹਨ ਜੋ ਵੀ ਜੀਵ ਇਸਤਰੀਆਂ ਹਨ ਪ੍ਰਭੂ ਪਰਮੇਸ਼ਵਰ ਦੇ ਦਰਸ਼ਨ ਕਰਕੇ ਪ੍ਰਸੰਨ ਹੋ ਜਾਂਦੀਆਂ ਹਨ ਆਨੰਦ ਵਿੱਚ ਆ ਜਾਂਦੀਆਂ ਹਨ ਸਾਧ ਸੰਗ ਅਰਧਨਾ ਹਰ ਨਿਦ ਆਪਾਰ ਧਰਮ ਅਰਥ ਅਰਕਾਮੁਖ ਤੇਤੇ ਨਹੀਂ ਬਾਰ ਜਿਹੜਾ ਵੀ ਗੁਰੂ ਦੀ ਸੰਗਤ ਵਿੱਚ ਰਲ ਕੇ ਪਰਮਾਤਮਾ ਨੂੰ ਸਿਮਰਦਾ ਰਹਿੰਦਾ ਹੈ ਯਾਦ ਕਰਦਾ ਰਹਿੰਦਾ ਹੈ ਉਹ ਹਰੀ ਦੇ ਬੇਅੰਤ ਖਜ਼ਾਨੇ ਜਿਉਂ ਹਨ ਉਹ ਪਾ ਲੈਂਦਾ ਹੈ ਉਸ ਨੂੰ ਜੋ ਚਾਰ ਚੀਜ਼ਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ ਧਰਮ ਅਰਥ ਕਾਮ ਔਰ ਮੋਖ ਚਾਰੋਂ ਦੇ ਚਾਰਾਂ ਚਾਰੋਂ ਪਰਮਾਤਮਾ ਦੇਣ ਵਿੱਚ ਦੇਰ ਨਹੀਂ ਕਰਦਾ ਹੈ ਭਗਤ ਅਰਾਧਹ ਇੱਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਾ ਕਾ ਨਹੀਂ ਸੁਮਾਰ ਜਿੰਨੇ ਵੀ ਉਸ ਰਾਮ ਦਾ ਨਾਮ ਤਨ ਨੂੰ ਜੋੜਿਆ ਹੈ ਉਸ ਦੀ ਤਾਕਤ ਦੱਸੀ ਨਹੀਂ ਜਾ ਸਕਦੀ ਹੈ ਭਗਤ ਰਾਧ ਇੱਕ ਰੰਗ ਗੋਬਿੰਦ ਗੋਪਾਲ ਸਾਰੇ ਦੇ ਸਾਰੇ ਜਿਹੜੇ ਪ੍ਰਭੂ ਪਰਮੇਸ਼ਵਰ ਦੇ ਭਗਤ ਹਨ ਉਹ ਇਕੱਠੇ ਇੱਕ ਹੀ ਰੰਗ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਹਨ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤਨ ਪਾਈਏ ਬੇਅੰਤ ਗੋਸਾਈ ਨਾਨਕ ਕਹਿ ਰਹੇ ਹਨ ਕਿ ਉਸ ਧਰਤੀ ਦੇ ਸਾਈ ਨੂੰ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਉਹ ਬੇਅੰਤ ਹੈ ਔਰ ਜਿਹੜੇ ਵੀ ਪ੍ਰਭੂ ਦੇ ਸ਼ਰਨ ਵਿੱਚ ਪਏ ਰਹਿੰਦੇ ਹਨ ਉਹ ਵੀ ਪ੍ਰਭੂ ਦੀ ਹੀ ਵਡਿਆਈ ਹੈ ਕਿਉਂਕਿ ਪ੍ਰਭੂ ਆਪ ਹੀ ਉਹਨਾਂ ਨੂੰ ਆਪਣੀ ਸ਼ਰਨ ਵਿੱਚ ਪਾਉਂਦਾ ਹੈ ਬਿਲਾਵਲ ਮਹਲਾ 5 ਹੁਣ 63 ਨੰਬਰ 63 ਨੰਬਰ ਸ਼ਬਦ ਪੜਨ ਜਾ ਰਿਹਾ ਜੀ ਸਿਮਰ ਸਿਮਰ ਪੂਰਨ ਪ੍ਰਭ ਕਾਰਜ ਪੈਰਾਸ ਸਿਮਰ ਸਿਮਰ ਪੂਰਨ ਪ੍ਰਭ ਕਾਰਜ ਪੈਰਾਸ ਕਰਤਾਰਪੁਰ ਕਰਤਾ ਵਸੇ ਸੰਤਨ ਕੇ پاس ਰਹੋ ਜਿਹੜੇ ਵੀ ਪ੍ਰਭ ਪਰਮੇਸ਼ਵਰ ਨੂੰ ਯਾਦ ਕਰਦੇ ਰਹਿੰਦੇ ਹਨ ਸਿਮਰਦੇ ਰਹਿੰਦੇ ਹਨ ਉਹਨਾਂ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ ਕਿਉਂਕਿ ਜਿਹੜਾ ਕਰਤਾ ਹੈ ਪ੍ਰਮਾਤਮਾ ਹੈ ਜਿੱਥੇ ਵੀ ਗੁਰੂ ਦੇ ਸੰਤ ਸਾਧ ਸੰਗਤ ਵਿੱਚ ਰਲ ਕੇ ਉਸ ਨੂੰ ਯਾਦ ਕਰਦੇ ਹਨ ਉੱਥੇ ਹੀ ਉਹ ਪ੍ਰਮਾਤਮਾ ਖੁਦ ਵਸਦਾ ਹੈ ਵਿਘਨ ਨ ਕੋ ਲਗਤਾ ਗੁਰਪਹਿ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਰਖਵਾਲਾ ਗੋਬਿੰਦ ਰਾਏ ਪਗਤਨ ਕੀ ਰਾਸ ਗੁਰੂ ਜਿੱਥੇ ਵੀ ਅਰਦਾਸ ਕਰਦਾ ਹੈ ਅਰਜੋਈ ਕਰਦਾ ਹੈ ਬੇਨਤੀ ਕਰਦਾ ਹੈ ਪਰਮਾਤਮਾ ਅਗੇ ਤਾਂ ਉਹਨੂੰ ਕਿਸੇ ਕੰਮ ਵਾਸਤੇ ਵੀ ਕੁਝ ਮੁਸ਼ਕਿਲ ਨਹੀਂ ਆਂਦੀ ਹੈ ਕਿਉਂਕਿ ਰਖਵਾਲਾ ਗੋਬਿੰਦ ਜੋ ਪਰਮਾਤਮਾ ਹੈ ਜੋ ਸਾਰੇ ਦੇ ਰਖਿਆ ਕਰਨ ਵਾਲਾ ਹੈ ਉਹ ਪਗਤਾਂ ਦੀ ਹਰ ਗੱਲ ਨੂੰ ਪੂਰੀ ਕਰਦਾ ਹੈ ਟੂਟ ਨਾ ਆਵੇ ਕਦੇ ਮੂਲ ਪੂਰਨ ਪੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ ਪਰਮਾਤਮਾ ਦੇ ਜਿਹੜੇ ਪੰਡਾਰੇ ਹਨ ਹਰ ਚੀਜ਼ ਵਾਸਤੇ ਪੂਰੇ ਭਰੇ ਹੋਏ ਹਨ ਉਹਦੇ ਕਦੀ ਵੀ ਕਿਸੇ ਚੀਜ਼ ਦੀ ਘਾਟ ਨਹੀਂ ਆਦੀ ਹੈ ਪਰਮਾਤਮਾ ਬੇਨਤ ਹੈ ਅਪਹੁੰਚ ਹੈ ਉਹਦੇ ਜਿਹੜੇ ਵੀ ਸੋਹਣੇ ਚਰਨਾਂ ਦੀ ਯਾਦ ਦੇ ਵਿੱਚ ਜਿਹੜਾ ਵੀ ਜੁੜਿਆ ਰਹਿੰਦਾ ਹੈ ਉਸਦੇ ਤਨ ਔਰ ਮਨ ਦੇ ਵਿੱਚ ਹਮੇਸ਼ਾ ਆ ਕੇ ਪ੍ਰਭੂ ਵਸ ਜਾਂਦਾ ਹੈ ਬਸਤ ਕਮਾਵਤ ਸਭ ਸੁਖੀ ਕਿਛ ਊਨ ਨਦੀ ਸੈਂਤ ਪ੍ਰਸਾਦ ਪੇਟੈ ਪ੍ਰਭ ਪੂਰਨ ਜਗਦੀਸ਼ ਹੈ ਜਿਹਨੂੰ ਵੀ ਗੁਰੂ ਆਪਣੀ ਕਿਰਪਾ ਦੇ ਦਿੰਦਾ ਹੈ ਉਹ ਪ੍ਰਭੂ ਪਰਮਾਤਮਾ ਨੂੰ ਯਾਦ ਕਰਨ ਲੱਗ ਪੈਂਦਾ ਹੈ ਤੇ ਉਹਦੇ ਨਾਲ ਉਸਦੀ ਮੁਲਾਕਾਤ ਹੋ ਜਾਂਦੀ ਹੈ ਔਰ ਉਹ ਹਰ ਕਿਸਮ ਦੇ ਆਪਣੇ ਨਾਮ ਦਾ ਤਨ ਕਮਾ ਲੈਂਦਾ ਹੈ ਔਰ ਹਮੇਸ਼ਾ ਉਹ ਸੁਖੀ ਰਹਿੰਦਾ ਹੈ ਉਸ ਨੂੰ ਕਦੀ ਵੀ ਕੋਈ ਚੀਜ਼ ਕਟ ਨਜ਼ਰ ਨਹੀਂ ਆਂਦੀ ਹੈ ਜੈ ਜੈਕਾਰ ਸਭੇ ਕਰ ਸਚ ਥਾਨ ਸੁਹਾਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਸਾਰੇ ਜਣੇ ਰਲ ਕੇ ਉਸ ਪ੍ਰਭੂ ਪਰਮੇਸ਼ਵਰ ਦੀ ਜੈ ਜੈਕਾਰ ਕਰਦੇ ਹਨ ਤੇ ਉਹ ਜਗਾ ਸੋਹਣੀ ਬਣ ਜਾਂਦੀ ਹੈ ਨਾਨਕ ਕਹਿ ਰਹੇ ਹਨ ਕਿ ਉਸ ਦਾ ਨਾਮ ਜਪ ਕੇ ਜਿਹੜਾ ਸਭ ਤੋਂ ਵੱਡਾ ਖਜ਼ਾਨਾ ਹੈ ਗੁਰੂ ਨੇ ਉਸ ਆਤਮਕ ਜੀਵ ਨੂੰ ਉਸ ਜੀਵ ਇਸਤਰੀ ਨੂੰ ਪੂਰਾ ਸੁੱਖ ਦੇ ਦਿੱਤਾ ਹੈ ਨੈਕਸਟ ਬਿਲਾਵਲ ਮਹਿਲਾ ਪੰਜਵਾਂ ਹਰ 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 ਅਰਾਧਿਏ ਹੋਇਆ ਅਰੋਗ ਰਾਮਚੰਦ ਕੀ ਲਸਟਿਕਾ ਜਨਮ ਮਾਰਿਆ ਰੋਗ ਰਹਾਉ ਹਰ ਟਾਈਮ ਉਤੇ ਉਸ ਹਰੀ ਨੂੰ ਪਰਮੇਸ਼ਵਰ ਨੂੰ ਸਿਮਰਦੇ ਰਹਿਣਾ ਚਾਹੀਦਾ ਹੈ ਯਾਦ ਕਰਦੇ ਰਹਿਣਾ ਚਾਹੀਦਾ ਹੈ ਇਹਦੇ ਨਾਲ ਤੁਹਾਡਾ ਤਨ ਮਨ ਜੋ ਹੈ ਰੋਗ ਤੋਂ ਰਹਿਤ ਹੋ ਜਾਂਦਾ ਹੈ ਰਾਮਚੰਦ ਕੀ ਲਿਸਟਕਾ ਜੋ ਰਾਮ ਦੀ ਸੂਟੀ ਹੈ ਛੜੀ ਹੈ ਜੋ ਉਹਦਾ ਪਿਆਰ ਵਾਲਾ ਭੌ ਹੈ ਦਰ ਹੈ ਪਿਆਰ ਵਾਲਾ ਡਰ ਹੈ ਉਹ ਜਿਹੜਾ ਜਿਹਦੇ ਹਿਰਦੇ ਚ ਵਸ ਜਾਂਦਾ ਹੈ ਉਸ ਪ੍ਰਭੂ ਪਰਮੇਸ਼ਵਰ ਨੂੰ ਯਾਦ ਕਰਦਾ ਰਹਿੰਦਾ ਹੈ ਔਰ ਉਸ ਦੇ ਅੰਦਰ ਦੇ ਸਾਰੇ ਰੋਗ ਖਤਮ ਹੋ ਜਾਂਦੇ ਹਨ ਇਹ ਰਹਾਉ ਦੀ ਤੁਕ ਸੀ ਜੀ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੇ ਮਿਲਿਆ ਸੰਜੋਗ ਉਸ ਪੂਰੇ ਗੁਰੂ ਨੂੰ ਹਰ ਟਾਈਮ ਦੇ ਉੱਤੇ ਸਿਮਰਦੇ ਰਹਿਣਾ ਚਾਹੀਦਾ ਔਰ ਉਸ ਦੀ ਦਸਿਓਈ ਗੱਲ ਤੇ ਨੂੰ ਹਮੇਸ਼ਾ ਭੋਗਦੇ ਰਹਿਣਾ ਚਾਹੀਦਾ ਉਸ ਦੀ ਗੱਲ ਨੂੰ ਹਮੇਸ਼ਾ ਆਪਣੇ ਹਿਰਦੇ ਔਰ ਆਪਣੇ ਸਰੀਰ ਦੇ ਉੱਤੇ ਉਸੇ ਹਿਸਾਬ ਨਾਲ ਚੱਲਣਾ ਚਾਲੂ ਕਰ ਦੇਣਾ ਚਾਹੀਦਾ ਸਾਧ ਸੰਗਤ ਕੇ ਵਾਰਨੇ ਮਿਲਿਆ ਸੰਜੋਗ ਔਰ ਇਹ ਗੁਰੂ ਜਿਹੜਾ ਹੈ ਮਨ ਨੂੰ ਉਸ ਦੀ ਸੰਗਤ ਦੇ ਵਿੱਚ ਜੁੜਿਆ ਹੀ ਮਨ ਨੂੰ ਮਿਲਿਆ ਹੈ ਤੇ ਮੈਂ ਉਸ ਤੋਂ ਉਸ ਦੀ ਸੰਗਤ ਤੋਂ ਵਾਰੀ ਜਾਂਦਾ ਹਾਂ ਜਿਸ ਸਿਮਰਤ ਸੁਖ ਪਾਈ ਹੈ ਬਿਛੈ ਬਿਯੋਗ ਨਾਨਕ ਪ੍ਰਭ ਸਰਣ ਆਗਤੀ ਕਰਨ ਕਰਨ ਜੋਗ ਨਾਨਕ ਕਹਿੰਦੇ ਹਨ ਕਿ ਪ੍ਰਭ ਸਭ ਕਰਨ ਕਰਾਉਣ ਵਾਲਾ ਉਹੀ ਹੈ ਉਹਦੀ ਸ਼ਰਣ ਵਿੱਚ ਰਹਿਣਾ ਚਾਹੀਦਾ ਹੈ ਉਦੇ ਆਸਰੇ ਚੜਨਾ ਚਾਹੀਦਾ ਹੈ। ਔਰ ਉਹਨੂੰ ਯਾਦ ਕਰਨ ਦੇ ਨਾਲ ਉਹਦੇ ਗੁਣ ਗਾਣ ਦੇ ਨਾਲ ਅਸੀਂ ਹਰ ਕਿਸਮ ਦਾ ਸੁੱਖ ਪਾਉਂਦੇ ਹਾਂ ਔਰ ਸਾਰੇ ਸਾਡੇ ਜਿਹੜੇ ਦੁੱਖ ਹਨ ਉਹ ਖਤਮ ਹੋ ਜਾਂਦੇ ਹਨ। ਇਹ 64 ਨੰਬਰ 64 ਨੰਬਰ ਸ਼ਬਦ ਅਸੀਂ ਲਾਸਟ ਪੜਿਆ ਜੀ ਜੋ ਦੋ ਟੁਕਕਾ ਦਾ ਸੀ। ਇਸ ਤੋਂ ਪਹਿਲੇ ਅਸੀਂ ਕਾਫੀ ਸ਼ਬਦ ਚਾਰ ਤੁਕਾਂ ਵਾਲੇ ਪੜਦੇ ਰਹੇ ਹਾਂ ਲਾਸਟ ਵਾਲਾ ਸ਼ਬਦ ਜੋ ਹੈ ਦੋ ਤੁਕਾਂ ਦਾ ਸੀ ਆਉ ਨੈਕਸਟ ਪੈਰਾ ਦੇਖੀਏ ਜੀ ਰਾਗ ਬਿਲਾਵਲ ਮਹੱਲਾ ਪੰਜਵਾਂ ਦੁਪਦੇ ਕਰ ਪੰਜ ਹੁਣ ਅਸੀਂ ਪੰਜਵੀਂ ਪਾਤਸ਼ਾਹੀ ਦੇ ਉਚਾਰੇ ਹੋਏ ਦੋ ਤੁੱਕੇ ਅਸੀਂ ਕਰ ਪੰਜ ਵਿੱਚ ਪੜਨ ਦੀ ਤਕੀਦ ਹੈ ਪੜਨ ਜਾ ਰਹੇ ਹਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਪੂਰਾ ਅਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਅਸੀਂ ਪੂਰੇ ਗੁਰੂ ਨੂੰ ਜਦੋਂ ਯਾਦ ਕੀਤਾ ਹੈ ਸਿਮਰਿਆ ਹੈ ਉਸ ਦਾ ਨਾਮ ਜਪਿਆ ਹੈ ਤੇ ਸਾਡਾ ਸਾਰੇ ਦੇ ਸਾਰੇ ਦੁੱਖ ਖਤਮ ਹੋ ਗਏ ਹਨ ਉਹ ਪਰਮਾਤਮਾ ਜਿਹੜਾ ਸਾਰਿਆਂ ਨੂੰ ਰੱਖੜਦਾ ਹੈ ਸਾਰਿਆਂ ਨੂੰ ਪਾਲਦਾ ਹੈ ਉਸ ਦੀ ਹੀ ਐਵਡੇ ਆਈ ਹੈ ਜੋ ਉਸਨੇ ਸਾਨੂੰ ਉਸਦੀ ਹੀ ਦਇਆ ਹੈ ਔਰ ਉਸਦੀ ਵਡਿਆਈ ਹੈ ਕਿ ਜੋ ਉਸਨੇ ਸਾਨੂੰ ਗੁਰੂ ਨੂੰ ਅਰਾਧਨ ਦੇ ਵਿੱਚ ਜੋੜ ਦਿੰਦਾ ਹੈ ਅਵਰ ਉਪਾਸਵ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਮੈਂ ਸਾਰੇ ਦੇ ਸਾਰੇ ਹੋਰ ਤਰੀਕੇ ਜਿਹੜੇ ਹਨ ਛੱਡ ਦਿੱਤੇ ਹਨ ਸਿਰਫ ਤੇ ਸਿਰਫ ਪਰ ਮਾਤਮਾ ਦਾ ਨਾਮ ਜੋ ਹੈ ਉਸ ਦੇ ਵਿੱਚ ਜੁੜ ਗਿਆ ਹਾਂ ਕਿਉਂਕਿ ਉਹੀ ਮੇਰੀ ਸਾਰੇ ਦੁੱਖਾਂ ਨੂੰ ਖਤਮ ਕਰਨ ਦੀ ਦਵਾਈ ਹੈ ਮੇਰੇ ਹਿਰਦੇ ਦੇ ਜੰਨੀ ਅਗੰਸੀ ਜਿਹੜੇ ਮੇਰੇ ਪਾਪ ਸਨ ਉਹ ਸਾਰੇ ਖਤਮ ਹੋ ਗਏ ਹਨ ਔਰ ਮੇਰੇ ਹਿਰਦੇ ਦੇ ਵਿੱਚ ਮਨ ਔਰ ਤਨ ਦੇ ਵਿੱਚ ਠੰਡ ਪੈ ਗਈ ਹੈ ਔਰ ਮੇਰੇ ਸਾਰੇ ਰੋਗ ਖਤਮ ਹੋ ਗਏ ਹਨ ਬਾਹ ਪਕੜ ਪ੍ਰਭ ਕਾਢਿਆ ਕੀਨਾ ਅਪਣਾਇ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਇਆ ਪ੍ਰਭੂ ਪਰਮੇਸ਼ਵਰ ਨੇ ਜਦੋਂ ਤੋਂ ਮੈਂ ਉਹਦਾ ਨਾਮ ਸਿਮਰਨਾ ਚਾਲੂ ਕਰ ਦਿੱਤਾ ਹੈ ਮੈਨੂੰ ਇਸ ਸੰਸਾਰ ਸਮੁੰਦਰ ਵਿੱਚੋਂ ਕੱਢ ਕੇ ਆਪਣਾ ਬਣਾ ਲਿਆ ਹੈ ਔਰ ਉਸ ਨੂੰ ਯਾਦ ਕਰ ਕਰਕੇ ਸਿਮਰ ਸਿਮਰ ਕੇ ਉਸ ਨੂੰ ਉਸ ਦੇ ਗੁਣ ਗਾ ਗਾ ਕੇ ਮੇਰਾ ਮਨ ਔਰ ਤਨ ਦੋਨੋਂ ਸੁਖੀ ਹੋ ਗਏ ਹਨ ਔਰ ਨਾਨਕ ਕਹ ਰਹੇ ਹਨ ਕਿ ਮੈਂ ਡਰ ਤੂੰ ਰਹਿਤ ਹੋ ਗਿਆ ਮਨੂ ਮੇਰੇ ਨਾਲ ਮੇਰਾ ਪ੍ਰਭੂ ਪਰਮੇਸ਼ਵਰ ਹੈ ਵਾਹਿਗੁਰੂ ਹੈ ਤੋ ਮਨੂ ਕਿਸੇ ਦਾ ਵੀ ਡਰ ਖਤਮ ਹੋ ਗਿਆ ਹੈ ਨੈਕਸ਼ ਸ਼ਬਦ ਜੀ ਬਿਲਾਵਲ ਮਹੱਲਾ 5 ਅੱਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ ਜੋ ਜੋ ਚਿਤਵ ਸਾਧ ਜਨ ਸੋ ਲੇਤਾ ਮਾਨ ਰਹਾਓ ਪ੍ਰਭੂ ਪਰਮੇਸ਼ਵਰ ਆਪ ਹੀ ਆਪਣੇ ਭਗਤਾਂ ਨੂੰ ਆਪਣੇ ਦਾਸਾਂ ਦੀ ਰਾਖੀ ਕਰਦਾ ਹੈ ਔਰ ਉਹਨਾਂ ਦੀ ਇੱਜ਼ਤ ਵੀ ਆਪ ਹੀ ਰੱਖਦਾ ਹੈ ਜੋ ਜੋ ਉਸ ਦੇ ਦਾਸ ਸਮਝੋ ਭਗਤ ਹਨ ਜੋ ਆਪਣੇ ਮਨ ਵਿੱਚ ਇੱਛਾਵਾਂ ਕਰਦੇ ਹਨ ਉਹਨਾਂ ਨੂੰ ਉਹ ਮੰਨ ਲੈਂਦਾ ਹੈ ਇਹ ਰਹਾਉ ਦੀ ਤੁਕ ਸੀ ਜੀ ਸਤੁਪੱਲੇ ਕਰ ਤਰ ਮਸਤਕ ਥਾਪਿਆ ਨਾਮ ਦੀਨੋ দান ਸਫਲ ਸੇਵਾ ਪਾਰ ਬ੍ਰਹਮ ਕੀ ਤਾਂ ਕੀ ਨਹੀਂ ਹਾਨ ਪ੍ਰਭੂ ਪਰਮੇਸ਼ਵਰ ਨੇ ਆਪਣੇ ਹੱਥਾਂ ਦੇ ਨਾਲ ਮੇਰੇ ਮਸਤਕ ਵਿੱਚ ਆਪਣਾ ਨਾਮ ਦਾ ਦਾਨ ਦਿੱਤਾ ਹੈ ਮੈਂ ਜਿਹੜੀ ਉਹਦੀ ਸੇਵਾ ਵਿੱਚ ਉਹਦੇ ਸਿਮਰਨ ਦੇ ਵਿੱਚ ਪ੍ਰਭੂ ਪਰਮੇਸ਼ਵਰ ਦੀ ਸਿਮਰਨ ਦੇ ਵਿੱਚ ਲੱਗਾ ਹੋਇਆ ਹਾਂ ਉਹਦਾ ਕੋਈ ਵੀ ਮੈਨੂੰ ਨੁਕਸਾਨ ਨਹੀਂ ਹੋਇਆ ਹੈ ਮੈਨੂੰ ਉਸ ਦਾ ਪੂਰਾ ਪੂਰੇ ਤੋਂ ਜ਼ਿਆਦਾ ਹੀ ਬਲਕਿ ਮੁੱਲ ਮਿਲ ਗਿਆ ਹੈ ਸਰਣ ਪਰੇ ਚਰਨ ਆਰਬਿੰਦ ਜਨ ਪ੍ਰਭ ਕੇ ਪ੍ਰਾਨ ਸਹਿਜ ਸੁਭਾਏ ਨਾਨਕ ਮਿਲੇ ਜੋਤੀ ਜੋਤ ਸਮਾਨ ਮੈਂ ਉਸ ਕੋਲ ਵਰਗੇ ਸੋਹਣੇ ਚਰਣਾ ਵਾਲੇ ਜਿਹੜਾ ਪਰਮਾਤਮਾ ਹੈ ਉਹਦੀ ਸ਼ਰਨ ਵਿੱਚ ਪਿਆ ਹੋਇਆ ਹਾਂ ਔਰ ਪ੍ਰਭੂ ਹੀ ਜਿਹੜਾ ਮੇਰਾ ਹੈ ਮੇਰੇ ਪ੍ਰਾਣਾ ਦਾ ਆਸਰਾ ਹੈ ਸਹਿਜ ਸੁਭਾਏ ਨਾਨਕ ਮਿਲੇ ਜੋਤੀ ਜੋਤ ਸਮਾਨ ਨਾਨਕ ਕਹਿ ਰਹੇ ਹਨ ਕਿ ਬੜੀ ਆਤਮਿਕ ਅਡੋਲਤਾ ਦੇ ਨਾਲ ਔਰ ਮੇਰੇ ਪ੍ਰੇਮ ਦੇ ਨਾਲ ਪ੍ਰੇਮ ਦੇ ਵਿੱਚ ਭਿੱਜਣ ਦੇ ਨਾਲ ਮਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਔਰ ਮੈਂ ਉਹਦੇ ਅੰਦਰ ਲੀਨ ਹੋ ਜਾਂਦਾ ਹਾਂ ਉਹਦੀ ਜੋਤੀ ਜੋਤ ਦੇ ਵਿੱਚ ਮੈਂ ਮੇਰੀ ਜਿਹੜੀ ਜੋਤ ਉਹਦੇ ਵਿੱਚ ਸਮਾ ਜਾਂਦੀ ਹੈ ਮੈਂ ਉਹਦੇ ਵਿੱਚ ਲੀਨ ਹੋ ਜਾਂਦਾ ਹੈ ਐ 66 ਨੰਬਰ 66 ਨੰਬਰ ਸ਼ਬਦ ਅਸੀਂ ਪੜਿਆ ਜੀ ਹੁਣ ਅਸੀਂ ਦੋ ਤੁੱਕੇ ਪੜ ਰਹੇ ਹਾਂ ਚਾਰ ਤੁੱਕੇ ਪਹਿਲੇ ਅਸੀਂ ਚਾਰ ਅੱਜ ਸ਼ਬਦ ਕੀਤੇ ਉਸ ਤੋਂ ਬਾਅਦ ਦੋ ਤੁੱਕੇ ਕੀਤੇ ਹਨ ਇਸ ਤੋਂ ਅੱਗੇ ਅਸੀਂ ਨੈਕਸਟ ਟਾਈਮ ਵੀ ਦੋ ਤੁੱਕੇ ਹੀ ਪੜਾਂਗੇ ਅੱਜ ਦੇ ਲਈ ਐਨਾ ਜੀ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ